ਕਾਲਾ ਹੋਟਲ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਟਿਆਲਾ ਪਹੁੰਚਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਕਿੱਥੇ ਕਿੱਥੇ ਜੀ ਤੁਸੀਂ? ਸਰ, ਸਾਡੀ ਮੁੱਖ ਬੇਨਤੀ ਪਟਿਆਲਾ ਸਰਹੰਦ ਰੋਡ ਨੂੰ ਲੈ ਕੇ ਹੈ ਜੀ। ਪਟਿਆਲਾ ਸਰਹੰਦ ਰੋਡ ਜਿਹੜੀ ਸਰ ਪਟਿਆਲੇ ਤੋਂ ਲੈ ਕੇ ਸਰਹੰਦ ਤੱਕ ਜਾਂਦੀ ਹੈ, ਇਹਦੇ ਆਲੇ ਦੁਆਲੇ ਸਰ ਬਹੁਤ ਜ਼ਿਆਦਾ ਪਿੰਡ ਲੱਗਦੇ ਨੇ। ਪਿੰਡ ਜਿਹੜੇ ਕੀ ਨੇ ਸਰ, ਉਹ ਕਨੈਕਟ ਹੁੰਦੇ ਨੇ ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇਧਰੋਂ ਸਰ ਫਤਿਹਗੜ੍ਹ ਸਾਹਿਬ, ਚੁੰਨੀ, ਲਾਂਡਰਾਂ ਤੇ ਮੋਹਾਲੀ। ਸਰ ਇਹਦੇ ਨਾਲ ਸਰ ਸਾਡਾ ਫੋਕਲ ਪੁਆਇੰਟ ਫੋਕਲ ਪੁਆਇੰਟ ਫੈਕਟਰੀ ਏਰੀਆ ਹੈਗਾ, ਜਿਹਦਾ ਹੈਵੀ ਟ੍ਰੈਫਿਕ ਸਰ ਇਸ ਰੋਡ ਤੇ ਜਾਂਦਾ ਹੈ। ਉਹ ਹੈਵੀ ਟ੍ਰੈਫਿਕ ਜਾਣ ਨਾਲ ਸਰ ਬਹੁਤ ਵੱਡੇ ਹਾਦਸੇ ਹੁੰਦੇ ਹੈ। ਹਾਦਸੇ ਹੋਣ ਕਾਰਨ ਸਰ ਬੜੀਆਂ ਜਾਨਾਂ ਜਾਂਦੀਆਂ ਨੇ, ਔਰ ਇਹ ਪਿਛਲੀਆਂ ਸਰਕਾਰਾਂ ਨੇ ਬੜੇ ਟਾਈਮ ਤੋਂ ਸਰ ਸਾਡੀ ਇਹ ਡਿਮਾਂਡ ਸੀ, ਕਿਸੇ ਸਰਕਾਰ ਨੇ ਸਰ ਇਹਦੇ ਬਾਰੇ ਸੁਣਿਆ ਨਹੀਂ ਹੈ। ਔਰ ਇਸ ਰੋਡ ਨੂੰ ਸਾਡੀ ਨੂੰ ਸਰ ਖੁੰਨੀ ਰੋਡ ਵੀ ਕਿਹਾ ਜਾਂਦਾ ਹੈ, ਖੁੰਨੀ ਰੋਡ ਦੇ ਨਾਲ ਹੀ ਜਾਣਿਆ ਜਾਂਦਾ ਹੈ। ਸਰ ਇਸ ਰੋਡ ਨੂੰ 4 ਲੇਨ ਕੀਤਾ ਜਾਵੇ, ਅਸੀਂ ਬਹੁਤ ਧੰਨਵਾਦੀ ਹੋਵਾਂਗੇ, ਤੁਹਾਡੇ ਤਹਿ ਦਿਲੋਂ ਧੰਨਵਾਦ ਕਰਾਂਗੇ। ਸਰ ਪਿਛਲੀਆਂ ਸਰਕਾਰਾਂ ਨੇ ਇਹਦੇ ਬਾਰੇ ਵਿਚਾਰ ਹੀ ਨਹੀਂ ਕੀਤਾ, ਸਰ ਸਾਨੂੰ ਅਣਦੇਖਿਆ ਕੀਤਾ ਗਿਆ, ਤੇ ਮੇਰੇ ਖਿਆਲ ਕਈ ਮਾਵਾਂ ਦੇ ਪੁੱਤ ਚਲੇ ਗਏ, ਮਤਲਬ ਕਿ ਇੰਨੀਆਂ ਜਾਨਾਂ ਸਰ ਆਏ ਸਾਲ ਜਾਂਦੀਆਂ। ਜੇ ਤੁਸੀਂ ਇਹਦਾ ਡਾਟਾ ਕਢਾ ਕੇ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਇਹ ਸੜਕ ਵਾਕਈ ਖੁੰਨੀ ਸੜਕ ਹੈ ਜੀ। ਧੰਨਵਾਦ ਸਰ। ਪ੍ਰਿਯੰਕ ਇਹਦੇ ਬਾਰੇ ਮਾਈਕ ਦੇ ਦਿਓ, ਮਾਈਕ ਇਹ ਸਰ ਸੈਕਟਰੀ PWD ਨੇ ਜੀ, ਜਿਹੜਾ ਪ੍ਰਿਯੰਕ ਭਾਰਤੀ ਪਟਿਆਲਾ ਸਰਹੰਦ ਦਾ ਰੋਡ ਹੈ ਸਰ, ਇਸ ਨੂੰ ਅਸੀਂ ਇਸਦਾ ਕੰਮ ਕਰਵਾ, ਮਾਈਕ ਨੇੜੇ ਕਰ, ਇਸਦਾ ਸਰ ਕੰਮ ਅਸੀਂ ਕਰਵਾ ਰਹੇ ਹਾਂ ਕੁਝ ਇਸ ਦੇ ਵਿੱਚ ਕੰਮ ਨਹੀਂ। ਉਹਨਾਂ ਨੇ ਜੋ ਕਿਹਾ ਕਿ 4 ਲੇਨ ਕੰਮ ਤੇ 4 ਲੇਨ ਚ ਫਰਕ ਹੈ ਨਾ ਪ੍ਰਿਯੰਕ। ਸਾਰੇ ਪਿੰਡ ਬਾਰਨ ਤੱਕ ਸਾਡੇ 4 ਲੇਨ ਹੈਗੀ, ਇਹਨੂੰ ਆਪਾਂ 4 ਲੇਨ ਦੀ ਤਜਵੀਜ਼, 20 ਕਿਲੋਮੀਟਰ ਹੈ ਸਿੱਧੂਪੁਰ ਵਾਲੀ ਨਹਿਰ ਤੋਂ ਅੱਗੇ ਜਾ ਕੇ ਮਾਧੋਪੁਰ ਚੌਂਕ ਤੱਕ, ਸਾਧੂ ਮਾਧੋਪੁਰ ਚੌਂਕ ਤੱਕ ਜੀ ਸਰ। ਤਾਂ ਕੋਈ ਆਪਣਾ ਨੈਕਸਟ ਪ੍ਰੋਵੀਜ਼ਨ ਹੈ ਨਹੀਂ? ਕਦੋਂ ਤੱਕ ਕੀ ਹੈ ਸਰ? ਇਸਦਾ DPR ਬਣਵਾ ਲੈਂਦੇ ਹਾਂ ਸਰ, ਉਸ ਤੋਂ ਬਾਅਦ ਫਿਰ ਛੇਤੀ ਸਰ ਉਸਨੂੰ। 109 ਕਰੋੜ ਰੁਪਇਆ ਤੁਸੀਂ ਕਹਿੰਦੇ ਹੋ ਸਰ, ਇਸਦਾ ਸਰ ਅਸੀਂ ਬਣਵਾ ਰਹੇ ਹਾਂ ਸਰ, ਇਸਦੇ ਵਿੱਚ ਕੰਮ ਸਟਾਰਟ ਹੋਇਆ ਸੀਗਾ, ਉਸ ਤੋਂ ਬਾਅਦ ਸਰ ਥੋੜ੍ਹੀ ਜਿਹੀ ਪ੍ਰੋਬਲਮ ਇਸਦੀ ਨਾ ਰੋਡ ਫੋਰੈਸਟ ਦੀ ਆਈ ਸੀਗੀ ਸਰ, ਉਸਦੇ ਸਰ ਟੈਂਡਰ ਲਗਾਤੇ ਗਏ ਨੇ, ਜੈਸੀ ਜੋ ਉਸਦੇ ਸਰ ਟਰੀ ਕਟਿੰਗ ਸਟਾਰਟ ਹੋਏਗੀ ਸਰ, ਅਸੀਂ ਇਸਦਾ ਕੰਮ ਕਰਵਾ ਦੇਵਾਂਗੇ। ਫੋਰੈਸਟ ਡਿਪਾਰਟਮੈਂਟ ਵੀ ਤਾਂ ਆਪਣੇ ਹੀ ਆ, ਉਹ ਕਿਹੜਾ ਸਿੰਗਾਪੁਰ ਤੋਂ ਹੈ? ਹੋ ਗਿਆ ਸਰ, ਉਹ ਅਸੀਂ ਗੱਲ ਕਰ ਲਈ ਸਰ, ਔਰ ਕਿਉਂਕਿ ਮੈਂ ਖੁਦ ਪਟਿਆਲੇ ਰਹਿੰਦਾ ਰਿਹਾ, ਇਹ ਕੋਈ ਸੜਕ ਹੈ ਜਿਹੜੀ ਪੰਜਾਬ ਨਾਲ ਕਨੈਕਟ ਕਰਦੀ ਹੈ, ਮਤਲਬ ਪਟਿਆਲੇ ਨੂੰ, ਪਰ ਉਹੀ ਸੜਕ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਵੇ ਕਿ ਜਿੱਥੇ ਹੁਣ ਤਾਂ ਮੈਂ ਤਾਂ ਰਹਿੰਦਾ ਰਿਹਾ 2003 ਤੱਕ ਮੈਂ ਇੱਥੇ ਪਟਿਆਲੇ ਰਿਹਾ, 96 ਤੋਂ ਮੈਂ ਵੀ ਉਦੋਂ ਕਿਉਂਕਿ ਕਲਾਕਾਰ ਦੇ ਤੌਰ ਤੇ ਸ਼ੋਅ ਕਰਨ ਜਾਂਦੇ ਸੀ ਆਹੀ ਹਸਨਪੁਰ ਕੋਲ ਦੀ, ਅੱਗੇ ਜਾ ਕੇ ਜਿਹੜਾ ਬਾਰਨ ਤੋਂ ਅੱਗੇ ਲੰਘ ਕੇ ਹੈ ਨਾ ਸਰ। ਕੋਵਿਡ ਦੇ ਵਿੱਚ ਤਾਂ ਸਰ ਇਸ ਤਰ੍ਹਾਂ ਦੇ ਵੀ ਹੋਇਆ ਸੀ, ਮੈਂ ਖੁਦ ਹੋਟਲ ਐਸੋਸੀਏਸ਼ਨ ਤੋਂ ਆ ਜੀ, ਤੇ ਸਰ ਕਈ ਵਾਰੀ ਤਾਂ ਕੀ ਹੁੰਦਾ ਕਿ ਜਿਹਦਾ ਲੜਕੇ ਦਾ ਵਿਆਹ ਹੋਵੇ ਉਹ ਵਿਆਹ ਤੇ ਹੀ ਨਹੀਂ ਪਹੁੰਚ ਸਕਦਾ, ਇਹੋ ਜਿਹਾ ਐਕਸੀਡੈਂਟ ਹੋ ਜਾਂਦਾ ਬੰਦੇ ਦਾ, ਸਾਰੇ ਮੈਰਿਜ ਪੈਲਸ ਵੀ ਇੱਥੇ ਨੇ ਜੀ ਸਰ, ਉਹ ਸਾਰਾ ਫਿਰ ਉਹਨਾਂ ਦੀ ਟ੍ਰੈਫਿਕ ਵੀ ਬਾਹਰ ਹੀ। ਇੱਕ ਵਾਰ ਸਰ ਐਕਸੀਡੈਂਟ ਹੁੰਦਾ ਜਾਮ ਲੱਗਦਾ, ਤਿੰਨ ਇੱਕ ਵਾਰੀ ਆਪਣੀ ਗੱਲ ਚੱਲੀ ਸੀਗੀ ਜਿਹੜਾ ਇੱਥੋਂ ਬਾਰ ਬਾਰ ਬਾਈਪਾਸ ਕੱਢਣ ਦੀ, ਕਿ ਜਿਹੜਾ ਸੰਗਰੂਰ ਵਾਲਾ ਬਠਿੰਡਾ ਵਾਲਾ ਟ੍ਰੈਫਿਕ ਹੈ, ਚਲੋ ਹੁਣ ਤਾਂ ਇੱਧਰ ਤੋਂ ਆ ਹੀ ਜਾਂਦੇ ਆ, ਜਿਹੜੇ ਇੱਧਰੋਂ ਆਉਂਦੇ ਆ ਉਹਨਾਂ ਨੂੰ ਵੀ ਨਹਿਰ ਦੇ ਬਾਰ ਬਾਰ ਇੱਥੋਂ ਦੀ ਕੱਢ ਕੇ। ਸੋ ਸਰ ਉਹ ਜਿਹੜਾ ਨਾਰਦਰਨ ਬਾਈਪਾਸ ਹੈ ਸਰ, ਉਹ ਸਾਡਾ ਅਪਰੂਵਡ ਹੈ ਸਰ, ਉਹ NHAI ਨੇ ਕਰਨਾ ਹੈ ਸਰ, ਉਸਦੇ ਵਿੱਚ ਲੈਂਡ ਐਕਵੀਜ਼ੀਸ਼ਨ ਦੀ ਕਾਰਵਾਈ ਸਰ ਲਗਭਗ
ਪੂਰੀ ਹੋ ਗਈ ਹੈ ਸਰ, ਉਹਦੇ ਵਿੱਚ 50% ਹਿੱਸਾ ਸਾਡੇ ਵੱਲੋਂ ਹੈ, 50% ਤੇ ਇਹਦਾ ਹੁਣ 4 ਲੇਨ ਦਾ ਆਪਾਂ ਪੈਸਾ ਅਪਰੂਵਡ ਹੋ ਗਿਆ ਸਰ, 4 ਲੇਨਿੰਗ ਦਾ ਇਸਦਾ ਸਰ ਹੁਣ ਸਾਡਾ ਕੰਮ, ਕੋਈ ਟਾਈਮ ਬਾਉਂਡ ਦੇ ਸਕਦੇ? ਲਗਭਗ ਸਰ ਸਾਡੀ ਆਸ ਹੈ ਜੁਲਾਈ ਐਂਡ ਜਾਂ ਅਗਸਤ ਤੱਕ ਇਸਨੂੰ ਸ਼ੁਰੂ ਕਰ ਦੋ ਸਰ। ਇਹ ਸਰ ਜਿਹੜਾ ਜੋ ਸਰਨ ਜਿਸ ਦੀ ਗੱਲ ਕਰ ਰਹੇ ਹਾਂ ਸਰ, ਉਹ ਕੰਮ ਚੱਲਦਾ, ਉਹਦੇ ਵਿੱਚ ਲਗਭਗ 15% ਕੰਮ ਵੀ ਹੋਇਆ ਸੀਗਾ, ਪਰ ਫੋਰੈਸਟ ਦੇ ਕਾਰਨ ਸਰ ਉਹ ਫੋਰੈਸਟ ਦੀ ਮੀਟਿੰਗ ਬੁਲਾ ਲੈਂਦੇ ਹਾਂ ਨਾ, ਹੋ ਗਿਆ ਸਰ, ਉਹ ਅਸੀਂ ਫੋਰੈਸਟ ਨਾਲ ਕ੍ਰਿਸ਼ਨ ਕੁਮਾਰ ਜੀ, ਫੋਰੈਸਟ ਵੀ ਇੱਥੇ ਬੈਠਾ, ਫੋਰੈਸਟ ਵੀ ਇੱਥੇ ਬੈਠਾ, ਸੈਕਟਰੀ ਸਾਹਿਬ ਬੈਠੇ ਤੇ ਕਲੀਅਰ ਕਰੋ ਜੀ। ਆਪਾਂ ਇਹਦੇ ਚ ਲੋਕਾਂ ਦੀਆਂ ਜਾਨਾਂ ਦੇ ਬਦਲੇ ਆਪਾਂ ਕੋਈ ਹੋਰ ਕੋਈ ਕੰਮ ਥੋੜੀ ਕਰ ਸਕਦੇ ਹਾਂ ਕਿ ਲੋਕਾਂ ਦੀ ਜਾਨ ਇੱਕ ਪਾਸੇ ਜਾ ਰਹੀ ਹੈ ਤੇ ਆਪਾਂ ਫੋਰੈਸਟ ਦੀ ਕਲੀਅਰੈਂਸ ਲੈਂਦੇ ਲੈਂਦੇ ਤੇ ਉਧਰੋਂ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਹੋਣ। ਸੋ ਇਹ ਤੁਸੀਂ ਆਪਸ ਕੋਆਰਡੀਨੇਸ਼ਨ ਕਰਕੇ ਮੈਨੂੰ ਅਗਲੇ 2-3 ਦਿਨਾਂ ਚ ਰਿਪੋਰਟ ਦਿਓ ਕਿ ਪਟਿਆਲਾ ਤੋਂ ਸਰਹੰਦ ਵਾਲਾ ਰੋਡ ਦਾ ਕੀ ਕਰ ਰਹੇ ਹਾਂ, ਜੇ ਕਿਤੋਂ ਕਿਸੇ ਤੋਂ ਪਿੰਡ ਚੋਂ ਬਾਹਰ ਕੱਢ, ਜਿਵੇਂ ਹੁਣ ਕਈ ਪਿੰਡ ਇੱਦਾਂ ਦੇ ਨੇ ਜਿਹੜੇ ਬਿਲਕੁਲ ਵਿੱਚ ਦੀ ਲੰਘਦੀ ਹੈ ਜਿਹਨਾਂ ਦੇ, ਉੱਥੇ ਕੀ ਕਰੋਗੇ, ਕਿਵੇਂ ਕਰੋਗੇ, ਉਹਦੇ ਪਿੰਡ ਦੇ ਬਾਹਰ ਦੀ ਕੱਢਣੀ ਪਊਗੀ। ਸੋ ਕੋਈ ਵੀ ਆਪਾਂ ਨੂੰ ਐਕੁਜੀਸ਼ਨ ਵੀ ਕਰਨੀ ਪੈਂਦੀ ਹੈ, ਇੱਕ ਜ਼ਰੂਰੀ ਕਰਨੀ। ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ ਸਰ, ਸ਼ੁਕਰੀਆ ਸਰ। ਡੀਐਫਓ ਮੈਡਮ ਇਹ ਦੱਸ ਰਿਹਾ ਸਰ ਕਿ ਇਹਦੀ ਜਿਹੜੀ ਪਰਮਿਸ਼ਨ ਹੈਗੀ ਹੈ, ਫੋਰੈਸਟ ਨੂੰ ਕੋਈ ਇਤਰਾਜ਼ ਨਹੀਂ ਹੈ, ਫੋਰੈਸਟ ਨੂੰ ਦੇ ਵੀ ਦਿੱਤੀ ਹੈ ਸਰ, ਸਿਰਫ ਪੇੜ ਕਟਾਉਣ ਵਾਲੇ ਹੈ ਉਹ ਹੋ ਜਾਏਗਾ ਸਰ। ਸਤਿ ਸ਼੍ਰੀ ਅਕਾਲ ਸਰ। ਸਰ ਫੋਰੈਸਟ ਦਾ ਫਾਈਨਲ ਅਪਰੂਵਲ 30 ਏਕ ਕੋ ਦੇ ਦਿੱਤੇ ਗਏ ਹੈ ਜੀ, ਔਰ 7,000 ਪੇੜ ਇਸ ਪੇ ਕਟਨਾ ਹੈ ਸਰ, ਤੋ ਉਹ ਪ੍ਰੋਸੈਸ ਅਧੀਨ ਹੈ ਸਰ। ਸਰ ਸਿਰਫ ਪੇੜ ਕਟਾਉਣ ਦੀ ਗੱਲ ਹੈਗੀ ਹੈ, ਉਹਨੂੰ ਵੀ ਸਿੰਪਲੀਫਾਈ ਕਰ ਦਿੱਤਾ ਸਰ, ਚੀਫ ਸੈਕਟਰੀ ਸਾਹਿਬ ਨੇ ਮੀਟਿੰਗ ਬੁਲਾਈ ਸੀਗੀ ਔਰ ਕਰਕੇ 7 ਮਾਰਚ ਨੂੰ ਸਰ ਡਿਪਾਰਟਮੈਂਟ ਵੱਲੋਂ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਪੇੜ ਕਟਾਉਣ ਵਾਲੀ ਜਿਹੜੀ ਗੱਲ ਹੈਗੀ, ਇੱਕ ਵਾਰ ਅਪਰੂਵਲ ਮਿਲਣ ਤੋਂ ਬਾਅਦ ਪੇੜ ਉਹ ਆਪਣੀ ਮਰਜ਼ੀ ਨਾਲ ਕਟਾ ਲੈਣ, ਔਰ ਫੋਰੈਸਟ ਡਿਪਾਰਟਮੈਂਟ ਨੇ ਬੇਸ ਪ੍ਰਾਈਸ ਦੇਣੀ ਹੈ ਸਰ, ਉਹ ਅਸੀਂ ਕਨਵੇ ਉਹ ਵੀ ਰੇਟ ਫਿਕਸ ਕੀਤੇ ਹੋਏ ਹਨ, ਠੀਕ, ਉਹਨੂੰ ਸਿੰਪਲੀਫਾਈ ਵੀ ਕਰ ਦਿੱਤਾ ਸਰ। ਠੀਕ ਹੈ, ਠੀਕ।